ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਸਭ ਦੇ? ਅਤੇ ਅੱਜ ਅਸੀਂ ਆਏ ਹੋਏ ਹਾਂ ਹੁਸ਼ਿਆਰਪੁਰ, ਅਤੇ ਇਹ ਹੈਗਾ ਚੌਹਾਲ ਰੋਡ ਜੋ ਚਿੰਤਪੁਰਨੀ ਨੂੰ ਜਾਂਦਾ, ਪਹਾੜੀ ਰਸਤਾ ਹੈ। ਅਤੇ ਮਾਈ ਦੇ ਚਾਲੇ ਸ਼ੁਰੂ ਹੋ ਗਿਆ, ਦੇਖ ਲਓ ਅਸੀਂ ਐਕਟਿਵਾ 'ਤੇ ਹਾਂ ਅਤੇ ਮੈਂ ਸਪੈਸ਼ਲ ਇੱਥੇ ਆਇਆ। ਰਾਤ ਦਾ ਟਾਈਮ ਹੈ, ਮਾਈ ਦੇ ਚਾਲੇ ਚੱਲੇ ਹੋਏ ਆ, ਥਾਂ ਥਾਂ ਲੰਗਰ ਲੱਗੇ ਹੋਏ ਆ, ਅਤੇ ਦੂਰੋਂ ਦੂਰੋਂ ਸੰਗਤ ਆ ਰਹੀ ਹੈ, ਕੋਈ ਪੈਦਲ ਕੋਈ ਮੋਟਰਸਾਈਕਲਾਂ 'ਤੇ, ਲੰਗਰ ਲੱਗੇ ਹੋਏ ਆ। ਅਤੇ ਤੁਹਾਨੂੰ ਦਿਖਾਉਂਦਾ ਮੈਂ ਸਪੈਸ਼ਲ ਇੱਥੇ ਆਇਆ, ਦੇਖਣ ਆਇਆ, ਅਤੇ ਵਲੋਗ ਵੀ ਤਿਆਰ ਕਰਾਂਗੇ ਅਸੀਂ, ਦੇਖੀਓ ਤੁਹਾਨੂੰ ਪਸੰਦ ਆਊਗਾ ਅਤੇ ਮੈਂ ਤੁਹਾਨੂੰ ਦਿਖਾਉਂਦਾ, ਆਪਾਂ ਮਿਲਦੇ ਹਾਂ, ਆਇਓ। ਹਾਂਜੀ ਦੋਸਤੋ, ਜੈ ਮਾਤਾ ਦੀ। ਅਸੀਂ ਪਹੁੰਚ ਗਏ ਚਿੰਤਪੁਰਨੀ ਰੋਡ 'ਤੇ, ਅਤੇ ਬਹੁਤ ਸੋਹਣੀਆਂ ਰੌਣਕਾਂ ਲੱਗੀਆਂ, ਜਿਹੜੀ ਮੈਂ ਗੱਲ ਕਹਿੰਦਾ ਸੀ ਕਿ ਤੁਹਾਨੂੰ ਆ ਕੇ ਦਿਖਾਉਂਦੇ ਹਾਂ। ਕਿਤੇ ਥਾਂ ਥਾਂ 'ਤੇ ਲੰਗਰ ਲੱਗੇ ਹੋਏ, ਦੇਖੋ ਬਹੁਤ ਹੀ ਜ਼ਿਆਦਾ ਭੀੜ ਹੈ, ਪੰਜਾਬ ਹਰਿਆਣਾ ਹਿਮਾਚਲ ਸਾਰੇ ਕਿਤੋਂ ਲੋਕ ਆ ਰਹੇ ਹੈ, ਦੂਰੋਂ ਦੂਰੋਂ ਕਿਸੇ ਨੇ ਸੁੱਖਾ ਸੁੱਖੀ ਹੈ, ਕਿਉਂ ਮਾਈ ਦੇ ਚਾਲੇ ਹੈ, ਬਹੁਤ ਰੌਣਕ ਲੱਗਦੀ ਹੈ ਇੱਥੇ। ਮੈਂ ਵੀ ਪਹਿਲੀ ਵਾਰ ਆਇਆ, ਲੰਗਰ ਲੱਗੇ ਹੋਏ ਹੈ, ਕੋਈ ਪੈਦਲ ਆ ਰਿਹਾ, ਕੋਈ ਸਾਈਕਲਾਂ 'ਤੇ ਆ ਰਿਹਾ, ਕੋਈ ਗੱਡੀਆਂ 'ਤੇ ਆ ਰਿਹਾ, ਕੋਈ ਮੋਟਰਸਾਈਕਲਾਂ 'ਤੇ ਆ ਰਿਹਾ, ਅਸੀਂ ਵੀ ਸਕੂਟਰੀ 'ਤੇ ਆਏ, ਦੇਖੋ ਥਾਂ ਥਾਂ 'ਤੇ ਰੌਣਕਾਂ। ਪਰ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਇੱਥੇ ਆ ਰਿਹਾ, ਆਪਣੀ ਫੈਮਲੀ ਦੇ ਨਾਲ ਰਹੋ, ਕਿਉਂਕਿ ਇੱਥੇ ਕਈ ਮਤਲਬ ਇਹੋ ਜਿਹੇ ਵੀ ਵਿੱਚ ਲੋਕ ਤੁਰੇ ਫਿਰਦੇ ਆ, ਹੈ ਨਾ। ਆਹ ਦੇਖੋ ਦੋਸਤੋ, ਇਸ ਟਾਈਮ ਹੋਇਆ 11:30 ਰਾਤ ਦੇ, 11:30 ਰਾਤ ਦੇ ਹੋਏ ਪਏ ਆ, ਅਤੇ ਭੀੜ ਦੇਖ ਸਕਦੇ ਹੋ ਤੁਸੀਂ। ਅਸੀਂ ਵੀ ਸੋਚਿਆ ਕਿ ਲੰਗਰ ਖਾ ਲਈਏ, ਅਸੀਂ ਵੀ ਲੰਗਰ ਖਾਣ ਚੱਲੇ ਹਾਂ।